ਪੰਜਾਬ ਸਰਕਾਰ ਸਿੱਖਿਆ ਵਿਭਾਗ ਅੱਗਾ ਦੌੜ ਪਿੱਛਾ ਚੌੜ ਦੇ ਰਸਤੇ ਤੇ ਪਿਆ ਹੋਇਆ। ਸਕੂਲ ਆਫ ਐਮੀਨੈਂਸ ਮੌਜੂਦਾ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ। ਉਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਸਰਕਾਰ ਸਰਕਾਰੀ ਸਕੂਲਾਂ ਨੂੰ ਤਬਾਹ ਕਰ ਰਹੀ ਹੈ। ਇਸ ਸਬੰਧ ਵਿੱਚ ਬੀਤੇ ਕੱਲ ਵਿਭਾਗ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚੋਂ ਜਿਹੜਾ ਸੀ ਐਂਡ ਵੀ ਅਧਿਆਪਕ ਅਤੇ ਲੈਕਚਰਾਰਾਂ ਦੀਆਂ ਜਿਹੜੀਆਂ ਜ਼ਬਰੀ ਹੈ ਬਦਲੀਆਂ ਦੂਰ ਦੁਰਾੜੇ ਸਟੇਸ਼ਨਾਂ ਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਬਦਲੀਆਂ ਦੇ ਵਿੱਚ ਤਕਰੀਬਨ 70 ਲੈਕਚਰਾਰਾਂ ਦੀਆਂ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਇਹਨਾਂ ਬਦਲੀਆਂ ਦੇ ਵਿੱਚ ਕੁਝ ਬਦਲੀਆਂ 50 ਤੋਂ 60 ਕਿਲੋਮੀਟਰ ਦੂਰ ਦੀਆਂ ਨੇ। ਬੜੀ ਹੈਰਾਨੀ ਵਾਲੀ ਗੱਲ ਹੈ, ਮੁਲਾਜ਼ਮ ਹੱਕ ਦਾ ਨਾਰਾ ਮਾਰਨ ਵਾਲੀ ਅਤੇ ਅਧਿਆਪਕਾਂ ਦੇ ਹਿੱਤ ਵਿੱਚ ਹਰ ਮਹੀਨੇ ਬਦਲੀਆਂ ਦਾ ਪੋਰਟਲ ਖੋਲ੍ਹਣ ਦਾ ਦਾਅਵਾ ਕਰਨ ਵਾਲੀ ਸਰਕਾਰ ਐਵੀਡੈਂਸ ਆਫ ਸਕੂਲ ਦੀਆਂ ਅਸਾਮੀਆਂ ਪੂਰੀਆਂ ਕਰਨ ਦੇ ਲਈ ਮਿਹਨਤੀ ਇਮਾਨਦਾਰ ਸੁਹਿਰਦ ਲੈਕਚਰਾਰਾਂ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਘਰੋਂ ਬੇਘਰ ਕਰ ਰਹੀਆਂ ਨੇ। ਇਸ ਸੰਬੰਧ ਵਿੱਚ ਜਿਹੜੇ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਨੇ ਸੰਜੀਵ ਕੁਮਾਰ ਨੇ ਸਰਕਾਰ ਦੇ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਿਸ ਸਕੂਲ ਦੇ ਵਿੱਚੋਂ ਇਹਨਾਂ ਲੈਕਚਰਾਰਾਂ ਨੂੰ ਬਦਲਿਆ ਗਿਆ ਉੱਥੇ ਨਾ ਤਾਂ ਕੋਈ ਬਦਲਾਅ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ। ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਬੜੀ ਵੱਡੀ ਹੈ ਜਿਹੜੀ ਬੇਇਨਸਾਫੀ ਹੈ। ਸੂਬਾ ਸਕੱਤਰ ਬਲਰਾਜ ਬਾਜਵਾ ਨੇ ਕਿਹਾ ਸਰਕਾਰ ਐਮੀਨੈਂਸ ਸਕੂਲ ਦੇ ਵਿੱਚ ਅਸਾਮੀਆਂ ਪੂਰੀਆਂ ਕਰਨ ਲਈ ਨਵੀਂ ਭਰਤੀ ਕਰ ਸਕਦੀ ਹੈ। ਇਹਦੇ ਨਾਲ ਜਿਹੜਾ ਬੇਰੁਜ਼ਗਾਰੀ ਵੀ ਘਟੇਗੀ, ਪਰ ਇਸ ਤਰ੍ਹਾਂ ਦੀਆਂ ਬਦਲੀਆਂ ਕਰਨੀਆਂ ਸਰਾਸਰ ਗਲਤ ਹੈ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਜੁੜੇ ਰਹੋ ਲੁਧਿਆਣਾ ਲਾਈਵ ਨਾਲ। ਪੰਜਾਬ ਸਰਕਾਰ ਸਿੱਖਿਆ ਵਿਭਾਗ ਅੱਗਾ ਦੌੜ ਪਿੱਛਾ ਚੌੜ ਦੇ ਰਸਤੇ ਤੇ ਪਿਆ ਹੋਇਆ। ਸਕੂਲ ਆਫ ਐਮੀਨੈਂਸ ਮੌਜੂਦਾ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ। ਉਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਸਰਕਾਰ ਸਰਕਾਰੀ ਸਕੂਲਾਂ ਨੂੰ ਤਬਾਹ ਕਰ ਰਹੀ ਹੈ। ਇਸ ਸਬੰਧ ਵਿੱਚ ਬੀਤੇ ਕੱਲ ਵਿਭਾਗ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚੋਂ ਜਿਹੜਾ ਸੀ ਐਂਡ ਵੀ ਅਧਿਆਪਕ ਅਤੇ ਲੈਕਚਰਾਰਾਂ ਦੀਆਂ ਜਿਹੜੀਆਂ ਜ਼ਬਰੀ ਹੈ ਬਦਲੀਆਂ ਦੂਰ ਦੁਰਾੜੇ ਸਟੇਸ਼ਨਾਂ ਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਬਦਲੀਆਂ ਦੇ ਵਿੱਚ ਤਕਰੀਬਨ 70 ਲੈਕਚਰਾਰਾਂ ਦੀਆਂ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਇਹਨਾਂ ਬਦਲੀਆਂ ਦੇ ਵਿੱਚ ਕੁਝ ਬਦਲੀਆਂ 50 ਤੋਂ 60 ਕਿਲੋਮੀਟਰ ਦੂਰ ਦੀਆਂ ਨੇ। ਬੜੀ ਹੈਰਾਨੀ ਵਾਲੀ ਗੱਲ ਹੈ, ਮੁਲਾਜ਼ਮ ਹੱਕ ਦਾ ਨਾਰਾ ਮਾਰਨ ਵਾਲੀ ਅਤੇ ਅਧਿਆਪਕਾਂ ਦੇ ਹਿੱਤ ਵਿੱਚ ਹਰ ਮਹੀਨੇ ਬਦਲੀਆਂ ਦਾ ਪੋਰਟਲ ਖੋਲ੍ਹਣ ਦਾ ਦਾਅਵਾ ਕਰਨ ਵਾਲੀ ਸਰਕਾਰ ਐਵੀਡੈਂਸ ਆਫ ਸਕੂਲ ਦੀਆਂ ਅਸਾਮੀਆਂ ਪੂਰੀਆਂ ਕਰਨ ਦੇ ਲਈ ਮਿਹਨਤੀ ਇਮਾਨਦਾਰ ਸੁਹਿਰਦ ਲੈਕਚਰਾਰਾਂ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਘਰੋਂ ਬੇਘਰ ਕਰ ਰਹੀਆਂ ਨੇ। ਇਸ ਸੰਬੰਧ ਵਿੱਚ ਜਿਹੜੇ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਨੇ ਸੰਜੀਵ ਕੁਮਾਰ ਨੇ ਸਰਕਾਰ ਦੇ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਿਸ ਸਕੂਲ ਦੇ ਵਿੱਚੋਂ ਇਹਨਾਂ ਲੈਕਚਰਾਰਾਂ ਨੂੰ ਬਦਲਿਆ ਗਿਆ ਉੱਥੇ ਨਾ ਤਾਂ ਕੋਈ ਬਦਲਾਅ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ। ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਨਾਲ ਬੜੀ ਵੱਡੀ ਹੈ ਜਿਹੜੀ ਬੇਇਨਸਾਫੀ ਹੈ। ਸੂਬਾ ਸਕੱਤਰ ਬਲਰਾਜ ਬਾਜਵਾ ਨੇ ਕਿਹਾ ਸਰਕਾਰ ਐਮੀਨੈਂਸ ਸਕੂਲ ਦੇ ਵਿੱਚ ਅਸਾਮੀਆਂ ਪੂਰੀਆਂ ਕਰਨ ਲਈ ਨਵੀਂ ਭਰਤੀ ਕਰ ਸਕਦੀ ਹੈ। ਇਹਦੇ ਨਾਲ ਜਿਹੜਾ ਬੇਰੁਜ਼ਗਾਰੀ ਵੀ ਘਟੇਗੀ, ਪਰ ਇਸ ਤਰ੍ਹਾਂ ਦੀਆਂ ਬਦਲੀਆਂ ਕਰਨੀਆਂ ਸਰਾਸਰ ਗਲਤ ਹੈ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਜੁੜੇ ਰਹੋ ਲੁਧਿਆਣਾ ਲਾਈਵ ਨਾਲ।